ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਜੀ ਮੈਂ। ਅਤੇ 24 ਮਈ ਨੂੰ ਫਿਲਮ ਹੋ ਜਾਣੀ ਮੁਕਲਾਵਾ ਰਿਲੀਜ਼, ਅਤੇ ਆਲਮੋਸਟ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਮਤਲਬ ਮੇਰੇ ਤੋਂ ਵੱਡੇ ਆਲਮੋਸਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਮੁਕਲਾਵਾ ਹੁੰਦਾ ਕੀ ਹੈ, ਅਤੇ ਮੈਂ ਇੱਥੇ ਦੱਸੂਗਾ ਨਹੀਂ ਵੀ ਮੁਕਲਾਵਾ ਹੁੰਦਾ ਕਿਹਾ। ਤੁਸੀਂ 24th ਮੈਨੂੰ ਜਾਂ ਥੀਏਟਰਸ ਦੇ ਵਿੱਚ ਜਾ ਕੇ ਵੇਖਿਓ। ਇੱਕ ਪੀਰੀਅਡ ਫਿਲਮ ਹੈ, ਇੱਕ ਬਹੁਤ ਕਿਊਟ ਜੀ ਰੋਮੈਂਟਿਕ ਲਵ ਸਟੋਰੀ ਹੈ, ਅਤੇ ਫਿਲਮ ਦੀ ਸਟਾਰ ਕਾਸਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਨਾਲ ਸੋਨਮ ਬਾਜਵਾ, ਬੀਐਨ ਸ਼ਰਮਾ ਜੀ ਨੇ, ਨਾਲ ਘੁੱਗੀ ਭਾਜੀ ਨੇ, ਸਾਰੇ ਸੀਨੀਅਰ ਆਰਟਿਸਟ ਨੇ, ਕਰਮਜੀਤ ਭਾਜੀ ਨੇ, ਸੋ ਵੱਡੀ ਸਟਾਰ ਕਾਸਟ ਹੈ ਜੀ। ਅਤੇ ਸਿਮਰ ਭਾਜੀ ਨੇ ਫਿਲਮ ਡਾਇਰੈਕਟ ਕੀਤੀ ਹੈ, ਅਤੇ ਸਾਡੇ ਨਾਲ ਵਾਈਟ ਪ੍ਰੋਡਕਸ਼ਨ ਜਿਹੜੇ ਸਾਡੇ ਪ੍ਰੋਡਿਊਸਰਸ ਨੇ ਫਿਲਮ ਦੇ, ਸੋ ਬੜੀ ਸੋਹਣੀ ਸਟਾਰ ਕਾਸਟ ਅਤੇ ਵੱਡਾ ਪ੍ਰੋਡਕਸ਼ਨ ਹਾਊਸ ਅਤੇ ਵੱਡੀ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ। ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਫਿਲਮ ਬਹੁਤ ਜ਼ਿਆਦਾ ਪਸੰਦ ਆਊਗੀ, ਅਸੀਂ ਰੂਹ ਨਾਲ ਕੰਮ ਕੀਤਾ ਜੀ, ਅਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਆਪਣੇ ਬਜ਼ੁਰਗਾਂ ਨਾਲ ਜਾ ਕੇ ਫਿਲਮ ਦੇਖਣਾ। ਥੋੜ੍ਹਾ ਜਿਹਾ ਮਤਲਬ ਇਹ ਡਾਇਰੈਕਟਰ ਸਾਹਿਬ ਨਾਲ ਜਾਂ ਸਿਨੇਮੈਟੋਗ੍ਰਾਫਰ ਲਈ ਥੋੜ੍ਹਾ ਜਿਹਾ ਔਖਾ ਹੁੰਦਾ, ਬਿਕੋਜ਼ ਉਹਦੇ 'ਚ ਤੁਹਾਨੂੰ ਉੱਦਾਂ ਦੀਆਂ ਲੋਕੇਸ਼ਨਸ ਜਿਹੜੀਆਂ ਲੱਭਣੀਆਂ ਪੈਂਦੀਆਂ ਨੇ, ਉੱਦਾਂ ਦੇ ਫਰੇਮਸ ਬਣਾਉਣੇ ਪੈਂਦੇ ਨੇ ਵੀ ਇਹ ਪੀਰੀਅਡ ਲੱਗੇ, ਇਹਦੇ 'ਚ ਲੁੱਕ ਪੀਰੀਅਡ ਲੱਗੇ, ਬਿਕੋਜ਼ ਤੁਸੀਂ ਅੱਜ ਕੱਲ੍ਹ ਮਤਲਬ ਉਹਦੇ ਉਹ ਸਮੇਂ ਦੇ ਵਿੱਚ ਤੁਸੀਂ ਮੋਬਾਈਲਾਂ ਦੇ ਟਾਵਰ ਜਾਂ ਬਿਜਲੀ ਦੇ ਖੰਭੇ ਸਾਰੀਆਂ ਚੀਜ਼ਾਂ ਨਹੀਂ ਵਿਖਾ ਸਕਦੇ। ਇਹ ਡਾਇਰੈਕਟਰ ਉਹਨਾਂ ਲਈ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ, ਉਹਨਾਂ ਲਈ ਥੋੜ੍ਹੀ ਡਿਫੀਕਲਟ ਜੋਬ ਹੁੰਦੀ ਹੈ, ਬਟ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਉਹਨੂੰ ਨਿਭਾਇਆ, ਬਿਕੋਜ਼ ਫਰੇਮ ਦੇ ਵਿੱਚ ਤੁਸੀਂ ਮਤਲਬ ਜਿਹੜੀਆਂ ਮਾਡਰਨ ਚੀਜ਼ਾਂ ਉਹਦੇ ਵਿੱਚ ਨਹੀਂ ਦੇਖ ਸਕਦੇ। ਸਿਨੇਮੈਟੋਗ੍ਰਾਫਰ ਲਈ ਇੱਦਾਂ ਹੁੰਦਾ ਵੀ ਕੋਈ ਨਵੀਂ ਚੀਜ਼ ਉਹਦੇ ਵਿੱਚ ਨਾ ਦੇਖੇ, ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਮਤਲਬ ਵੇਖਣ ਨੂੰ ਮਿਲਣ ਸਿਨੇਮੇ ਦੇ ਵਿੱਚ, ਥੀਏਟਰ ਦੇ ਵਿੱਚ, ਕਿਉਂਕਿ ਗਲਤੀ ਕੱਟਣ ਵਾਲਾ ਬੜੀ ਛੇਤੀ ਸਿਖਾ ਲਈ ਜੀ, ਗਲਤੀ ਕੱਟ ਦਿੰਦਾ ਵੀ ਪਿੱਛੇ ਖੰਭਾ ਦੇ ਗਿਆ। ਮੇਰੇ ਲਈ ਆਈ ਥਿੰਕ ਇਟ ਵਾਜ਼ ਈਜ਼ੀ, ਬਿਕੋਜ਼ ਜਦੋਂ ਕੀ ਹੁੰਦਾ ਤੁਸੀਂ 2-3 ਵਾਰੀ ਕਿਸੇ ਨਾਲ ਕੰਮ ਕਰ ਲੈਂਦੇ ਹੋ, ਯੂ ਨੋ ਯੂ ਗੈਟ ਕੰਫਰਟੇਬਲ, ਐਂਡ ਐਮੀ ਇਜ਼ ਅ ਫਰੈਂਡ ਆਲਸੋ, ਤੋ ਇਟਸ ਆਲਵੇਜ਼ ਈਜ਼ੀ, ਸੌਖਾ ਹੁੰਦਾ ਆਪਣੇ ਫਰੈਂਡਸ ਨਾਲ ਕੰਮ ਕਰਨਾ, ਉਹ ਕੋਸਟਾਰ ਨਾਲ ਕੰਮ ਕਰਨਾ ਜਿਹਨੂੰ ਜਿਹਦੇ ਨਾਲ ਤੁਹਾਡੀ ਟਿਊਨਿੰਗ ਵਧੀਆ ਆ, ਐਂਡ ਸੈਟ ਦਾ ਇਨਵਾਇਰਮੈਂਟ ਵੀ ਵਧੀਆ ਰਹਿੰਦਾ, ਯੂ ਕੈਨ ਜੋਕ ਅਰਾਊਂਡ, ਯੂ ਕੈਨ ਅੰਡਰਸਟੈਂਡ, ਅਤੇ ਮੇਰੇ ਲਈ ਸੋ ਮੇਰੇ ਲਈ ਵਾਸ ਅ ਗੁੱਡ ਐਕਸਪੀਰੀਅੰਸ। ਐਂਡ ਵਾਟ ਅਬਾਊਟ ਯੂ ਐਮੀ? ਬਹੁਤ ਵਧੀਆ ਜੀ, ਦੱਸਿਆ ਸਾਨੂੰ ਨੇ, ਅਤੇ ਵਧੀਆ ਫਰੈਂਡਸ ਆ ਜੀ, ਤੂੰ ਈਜ਼ੀ ਹੁੰਦਾ, ਮਤਲਬ ਕਾਫੀ ਚੀਜ਼ਾਂ ਹੁੰਦੀਆਂ ਨੇ, ਕੁਛ ਸੀਨ ਨੇ ਤੁਸੀਂ ਪਹਿਲਾਂ ਡਿਸਕਸ਼ਨ ਕਰ ਲੈਂਦੇ ਹੋ, ਕਈ ਵਾਰੀ ਹੁੰਦਾ ਵੀ ਤੁਹਾਡਾ ਜਿਹੜਾ ਕੋਸਟਾਰ ਆ ਉਹਨੂੰ ਤੁਸੀਂ ਨਹੀਂ ਜਾਣਦੇ ਢੰਗ ਨਾਲ, ਅਤੇ ਉਹ ਆਪਣੀ ਵੈਨਿਟੀ 'ਚ ਬੈਠਾ ਰਹਿੰਦਾ, ਆਪਣੀ ਵੈਨਿਟੀ 'ਚ ਬੈਠਾ ਰਹਿੰਦਾ, ਜਾਂ ਤੁਸੀਂ ਮਤਲਬ ਸੈੱਟ 'ਤੇ ਇਕੱਠੇ ਨਹੀਂ ਮਿਲ ਪਾਉਂਦੇ ਇਕੱਠੇ ਢੰਗ ਤਰੀਕੇ ਨਾਲ, ਤੁਸੀਂ ਸੀਨਸ ਨੂੰ ਪ੍ਰੋਪਰ ਪਹਿਲਾਂ ਡਿਸਕਸ ਕਰ ਲੈਂਦੇ ਹੋ, ਫਿਰ ਉਸ ਤੋਂ ਬਾਅਦ 'ਚ ਉਸਦੀ ਰਿਹਰਸਲ ਵੀ ਹੋ ਜਾਂਦੀ ਹੈ, ਤਾਂ ਵਧੀਆ ਤਰੀਕੇ ਨਾਲ ਸੀਨ ਵੀ ਹੋ ਜਾਂਦਾ, ਤਾਂ ਜਿਹੜੀ ਸੀਨ 'ਤੇ ਕੈਮਿਸਟਰੀ ਉਹ ਜ਼ਿਆਦਾ ਬੈਟਰ ਹੋਇਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੋਨੇ ਫਿਲਮਾਂ ਜ਼ਰੂਰ ਦੇਖਿਓ, ਸਮਾਂ ਕੱਢ ਲਿਓ, ਕੋਈ ਨਹੀਂ ਸਾਡੇ ਲਈ ਸ਼ਨੀਵਾਰ ਦੇਖ ਲਿਓ, ਉਹਨਾਂ ਲਈ ਸ਼ੁੱਕਰਵਾਰ ਨੂੰ ਦੇਖ ਲਿਓ, ਜਿਵੇਂ ਮਰਜ਼ੀ ਕਰਕੇ ਤੁਹਾਡਾ ਫਿੱਟ ਪੈਂਦਾ ਤੁਸੀਂ ਵੇਖਿਆ ਜਾ ਕੇ, ਅਤੇ ਪਰਿਵਾਰ 'ਚ ਇੱਕ ਬੰਦਾ ਭੇਜ ਕੇ ਪਹਿਲਾਂ ਵੇਖ ਲਿਓ, ਜੇ ਫਿੱਟ ਲੱਗੀ ਜਿਹੜੀ ਤੁਹਾਨੂੰ ਠੀਕ ਲੱਗੀ ਉਹ ਪੰਜਾਬੀਆਂ ਨੇ ਸਿਰ ਮੱਥੇ ਰੱਖਿਆ ਜੀ, ਅਤੇ ਮੈਂ ਲੱਗਦਾ ਇਹਨਾਂ ਵਾਸਤੇ ਉਵੇਂ ਚੱਲੂੰਗਾ ਜੀ, ਅਤੇ ਜਿੰਨਾ ਇਹਨਾਂ ਨੇ ਮੈਨੂੰ ਪਿਆਰ ਦਿੱਤਾ, ਜਿੰਨਾ ਇਹ ਸਤਿਕਾਰ ਦਿੱਤਾ, ਇਹਨਾਂ ਵਾਸਤੇ ਮੈਂ ਉਵੇਂ ਰਹੂੰਗਾ ਜੀ, ਕੋਈ ਬਾਅਦ 'ਚ ਨਵੀਂ ਚੀਜ਼ ਐਕਟਿੰਗ ਵਾਸਤੇ ਮੈਨੂੰ ਕੋਈ ਸਿੱਖਣ ਨੂੰ ਮਿਲੂਗੀ, ਡੈਫੀਨੇਟਲੀ ਉਹ ਆਪਣੇ ਕੰਮ ਲਈ ਤਾਂ ਮੈਂ ਬੈਟਰ ਰਹੂੰਗਾ।